ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਨਾਨਕ ਧੰਨ 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 ਗੁਰੂ ਨਾਨਕ ਪਿਆਰ ਵਾਲਿਆਂ ਨੇ ਭਰੋਸੇ ਵਾਲਿਆਂ ਨੇ ਪੱਥਰ ਚੋਂ ਵੀ ਪਰਮਾਤਮਾ ਪਾਵੇ ਨਹੀਂ ਪਿਆਰ ਸੀ ਨਹੀਂ ਭਰੋਸਾ ਸੀ ਪਰਮਾਤਮਾ ਵਿੱਚੋਂ ਵੀ ਪਰਮਾਤਮਾ ਨਹੀਂ ਮਿਲਿਆ ਇੱਕ ਪੱਥਰ ਚੋਂ ਭਗਵਾਨ ਪ੍ਰਗਟ ਕਰਦਾ ਪਿਆ ਇੱਕ ਨੇ ਭਗਵਾਨ ਨੂੰ ਹੀ ਪੱਥਰ ਸਮਝ ਛੱਡਿਆ ਵੀ ਇਹ ਵੀ ਬੰਦਾ ਹੀ ਕਿੰਨੇ ਕੁ ਇਹੋ ਜਿਹੇ ਹੋਣਗੇ ਬੜੇ ਹੋਏ ਹੋਣਗੇ ਫਿਰ ਪਰਮਾਤਮਾ ਕੀ ਚੀਜ਼ ਹੈ ਸੰਤ ਅਨਾੜੀ ਕਦੇ ਨਾ ਬੁੱਝੇ ਕਥਨੀ ਕਰੇ ਮਾਇਆ ਨਾ ਲੂਝੇ ਫਿਰ ਦੇ ਕਪਟ ਮੁਖ ਗਿਆਨੀ ਝੂਠੇ ਕਾਂ ਬਲੋਸ ਪਾਣੀ ਕਿ ਇੱਕ ਪਿਆਰ ਵਾਲਾ ਭਰੋਸੇ ਵਾਲਾ ਹਮ
ਧੰਨੇ ਦੀ ਆਪਾਂ ਗੁਰੂ ਸਾਹਿਬ ਦੀ ਗੁਰਬਾਣੀ ਰਾਹੀਂ ਇਹ ਸਮਤ ਲਵਾਂਗੇ ਕਿ ਦੁੱਧ ਪੀਓ ਗੋਬਿੰਦੇ ਰਾਏ, ਦੁੱਧ ਪੀਓ ਮੇਰੇ ਮਨ ਪਤਾਏ, ਨਹੀਂ ਤੋ ਘਰ ਕੋ ਬਾ ਪਰਸਾਏ, ਦੁੱਧ ਕਟੋਰੇ ਗੜਵੇ ਪਾਣੀ ਕਪੜ ਗਾਏ ਨਾਮੇ ਦੋਏ ਆਣੀ। ਇਹ ਕਿਨੂੰ ਇੱਕ ਮੂਰਤੀ ਹੈ ਭਗਵਾਨ ਦੀ। ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ, ਇੱਕ ਪੱਥਰ ਹੀ ਐਸਾ ਭਗਵਾਨ ਬਣਿਆ ਕਿ ਧੰਨ ਧੰਨ ਹੋ ਗਈ, ਧੰਨ ਧੰਨ ਧੰਨਾ ਧੰਨ ਧੰਨਾ ਧੰਨ ਹੋ ਗਈ। ਘਰ ਮੇ ਠਾਕਰ ਨਦਰ ਨਾ ਆਵੇ ਗਲ ਮੇ ਪਹਾੜ ਲੈ ਲੈ, ਤੇਰਾ ਪਿਆਰ ਤੇਰਾ ਭਰੋਸਾ। ਪੱਟੀ ਦੇ ਦੁਨੀ ਚੰਦ ਦੀ ਲੜਕੀ ਜਿੰਦਾ ਬੋੜ ਲੱਗਿਆ ਹੈ ਦੁੱਖ ਪੈਣੀ ਬੇਰ ਤੇ, ਇੱਕ ਰੱਬ ਦੇ ਭਰੋਸੇ ਵਾਲੀ ਲੜਕੀ, ਪਰਮਾਤਮਾ ਦੇ ਭਰੋਸੇ ਵਾਲੀ। ਗੱਲ ਇੰਨੀ ਹੋਈ ਹੈ ਕਿ ਕਹਿੰਦੀਆਂ ਤੁਸੀਂ ਧੀਆਂ ਕੌਣ ਤੁਹਾਨੂੰ ਦਿੰਦਾ ਹੈ, ਕੌਣ ਪਾਲਦਾ ਹੈ ਪਿਤਾ? ਇੱਕ ਕਹਿੰਦੀ ਮੇਰਾ ਪ੍ਰਭੂ ਪਰਮਾਤਮਾ ਪਰਮੇਸ਼ਰ, ਉਹੀ ਹੈ ਸਭ ਕੁਝ। ਉਹ ਕਹਿੰਦੀ ਅਸੀਂ ਪਿਓ ਦਾ ਦਿੱਤਾ, ਪਿਓ ਦੀ ਸੋਭਾ ਵਡਿਆਈ ਕਰਦੀ, ਉਹ ਲੜਕੀ ਨਹੀਂ ਕਰਦੀ। ਪਿਓ ਦੀਆਂ 6-7 ਧੀਆਂ ਨੇ, ਪੁੱਤਰ ਦਾ ਚਾਹਵਾਨ ਹੈ, ਪੁੱਤਰ ਹੋਇਆ ਨਹੀਂ, ਕੋਈ ਨਾਸਤਿਕ ਜਿਹਾ ਹੋ ਗਿਆ, ਰੱਬ ਤੋਂ ਭਰੋਸਾ ਟੁੱਟ ਗਿਆ ਪਰਮਾਤਮਾ ਦੀ। ਬੜੇ ਪਾੜ ਪੂਜਾ ਜਪ ਤਪ ਵਰਤ ਜੋ ਵੀ ਹੁੰਦਾ ਗਿਆ ਕਰੀ ਗਿਆ, ਕੋਡੀ ਕੋਡੀ ਜੋੜ ਕੇ ਲੱਖ ਕਰੋੜ ਜੋੜਦੇ, ਕੋਈ ਨਾ ਕੋਈ ਗੁਰੂ ਦੇ ਨਿਮਿੱਤ ਕਰੀ ਜਾ ਕਰੀ ਜਾ ਕਰੀ ਜਾ ਗੁਰੂ ਦੇ ਨਿਮਿੱਤ। ਦੁਨੀਆਂ ਨੂੰ ਖੁਸ਼ ਨਾ ਕਰੀ, ਦੁਨੀਆਂ ਦੀ ਝਾਕ ਨਾ ਰੱਖੀ, ਦੁਨੀਆਂ ਨੂੰ ਨਾ ਰਜਾਈ, ਲੋਕਾਂ ਨਾਲ ਸਲਾਹੇ ਜੋ ਮਰ ਖਾ ਕੀਤੀ, ਸਤਿਗੁਰੂ ਨੂੰ ਸਲਾਹ, ਦੁਨੀਆਂ ਨਾਲ ਸਲਾਹੇ, ਲੋਕਾਂ ਨੂੰ ਨਾ ਸਲਾਹ, ਗੁਰੂ ਪਿਆਰੇ ਨੂੰ ਯਾਦ ਕਰ, ਮੇਰੇ ਸਤਿਗੁਰੂ ਮੇਰੇ ਪਰਮਾਤਮਾ ਮੇਰੇ ਪ੍ਰਭੂ। ਕਿਉਂਕਿ ਇਹ ਲੜਕੀ ਦਾ ਜਨਮ ਉਦੋਂ ਹੋਇਆ ਸੀ ਜਦੋਂ ਬੜੇ ਪੁੰਨ ਦਾਨ ਤੀਰਥ ਵਰਤੋਂ ਦੁਨੀ ਚੰਦ ਨੇ, ਪੱਟੀ ਦਾ ਚੌਧਰੀ ਸੀ ਜਾਂ ਜੋ ਕੁਝ ਵੀ ਸੀ, ਰਾਜਾ ਸੀ ਜਾਂ ਕੁਝ ਵੀ ਸੀ, ਉਹਨੇ ਕਿਹਾ ਸੀ ਕੋਈ ਰੱਬ ਨੀ ਕੋਈ ਪਰਮਾਤਮਾ ਨੀ, ਜੇ ਹੁੰਦਾ ਤੇ ਮੈਨੂੰ ਪੁੱਤਰ ਦੇਂਦਾ, ਇੰਨੇ ਮੈਂ ਇੰਨਾ ਕੁਝ ਕੀਤਾ, ਪਰ ਪਰਮਾਤਮਾ ਨੇ ਦੇ ਦਿੱਤੀ, ਪਰਮੇਸ਼ਰ ਨੇ ਇੱਕ ਆਪਦੀ ਬਖਸ਼ੀ ਹੋਈ ਰੂਹ ਇੱਕ ਲੜਕੀ ਦੇ ਦਿੱਤੀ ਘਰ ਚ। ਬੜਾ ਅੰਤਰ ਆਉਂਦਾ ਹੈ ਰੂਹਾਂ ਦਾ, ਦਾਤਾਂ ਦਾ ਬੜਾ ਅੰਤਰ ਆਉਂਦਾ ਜਿਹੜੀਆਂ ਸਾਡੇ ਘਰ ਆਉਂਦੀਆਂ। ਜਿਹੜੇ ਆਦਮੀ ਝੂਠ ਬੋਲਦੇ, ਪਾਪ ਕਰਦੇ, ਚਲਾਕੀਆਂ ਕਰਦੇ, ਉਹਨਾਂ ਦੇ ਘਰ ਉਹਨਾਂ ਦਾ ਹੀ ਫਲ ਆਉਂਦਾ, ਚਾਹੇ ਹੋਵੇ ਪੁੱਤਰ, ਚਾਹੇ ਹੋਵੇ ਧੀ, ਚਾਹੇ ਹੋਵੇ ਕਾਰੋਬਾਰ, ਪਾਪ ਦੀ ਕਮਾਈ, ਕਾਰੋਬਾਰ ਤੇਰਾ ਪਾਪ ਦੀ ਕਮਾਈ ਹੈ, ਪੁੱਤਰ ਤੇਰਾ ਪਾਪ ਦਾ ਫਲ ਹੈ, ਧੀ ਤੇਰੀ ਪਾਪ ਦਾ ਫਲ ਹੈ, ਜਵਾਈ ਤੇਰੇ ਪਾਪਾਂ ਦਾ ਫਲ ਆਇਆ। ਛੇ ਪੁੱਤ ਜਨਮੇ ਵੇਸ਼ਵਾ ਪਾਪਾਂ ਦਾ ਫਲ ਇਸੇ ਲੈ, ਪੁੱਤ ਵੇਸ਼ਵਾ ਦੇ ਘਰ ਹੋਏ ਨੇ ਕੰਜਰੀ ਦੇ ਗੁਰੂ ਤੋਂ ਬੇਮੁੱਖ ਹੋ ਕੇ, ਪਾਪਾਂ ਦੇ ਬੂਟੇ ਨੂੰ ਫਲ ਲੱਗੇ ਨੇ। ਹੁਣ ਪਾਪ ਕਰ ਕਰਕੇ ਦੁਖੀ ਹੋ ਗਿਆ, ਅੱਕ ਗਿਆ,
ਬੜਾ ਪਛਤਾਉਂਦਾ ਹੈ, ਬੜਾ ਗੁਰੂ ਨੂੰ ਚੇਤੇ ਕਰਦਾ ਹੈ, ਬਹੁਤ ਰੋਂਦਾ ਅੰਦਰ ਵੜ ਵੜ ਕੇ। ਅੱਜ ਗੁਰੂ ਯਾਦ ਆਇਆ, ਫਿਰ ਗੁਰਦੁਆਰੇ ਜਾ ਕੇ ਗੁਰਮੁਖ ਨਾਮ ਨਰੈਣ ਕਹਿਆ ਗੁਰੂ ਦੇ ਦੁਆਰੇ ਤੇ। ਗੁਰਦੁਆਰੇ ਦਾ ਮਤਲਬ ਹੈ ਗੁਰੂ ਦਾ ਘਰ, ਗੁਰੂ ਦਾ ਦੁਆਰਾ, ਜਿੱਥੇ ਗੁਰੂ ਜੀ ਬਿਰਾਜਦੇ। ਉਹ ਫਿਰ ਗੁਰਮੁਖ ਨਾਮ ਨਰੈਣ ਕਹਿਆ, ਠੱਗੀਆਂ ਠੋਰੀਆਂ, ਚਲਾਕੀਆਂ, ਬੇਈਮਾਨੀਆਂ, ਝੂਠ, ਤੂਫਾਨ, ਲੁੱਟ ਖੋ ਸਭ ਦੇ ਬੀਜ ਬੀਜੇ ਤੇਰੇ ਪ੍ਰਫੁੱਲਤ ਹੋ ਰਹੇ ਨੇ। ਇਹ ਭਾਈ ਤੈਨੂੰ ਹੀ ਚੁਗਣੇ ਪੈਣੇ ਆ। ਮਹਾਂਪੁਰਖੋ, ਤੁਸੀਂ ਘੋੜੇ ਨਹੀਂ ਰੱਖੇ ਆ ਇੰਨੀ ਲਿਦ। ਅੱਜ ਰਾਜਾ ਕਹਿੰਦਾ ਤੇਰ ਲੱਦਿਆ ਪਿਆ ਲੱਗਿਆ ਪਿਆ ਸੀ, ਇਹ ਕਹਿੰਦੀ ਇਹ ਰਾਜੇ ਦੀ, ਇਹ ਕਿਵੇਂ ਰਾਜੇ ਦੀ? ਰਾਜੇ ਨੇ ਲਿਦ ਦਾਨ ਕੀਤੀ ਸੀ, ਉਹ ਵੱਧ ਗਈ ਹੈ, ਰੋਜ਼ ਵੱਧਦੀ ਗਈ, ਹੁਣ ਢੇਰ ਲੱਗ ਗਿਆ। ਫਿਰ ਰਾਜਾ ਤੈਨੂੰ ਹੀ ਖਾਣੀ ਪਏਗੀ। ਅਜੇ ਸਰੋਵੇ ਪਿਛਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਅਜੇ ਰਾਜਾ ਰੋਂਦਾ ਏ, ਪਿਛਿਆ ਦਿੱਤੀ ਹੋਈ, ਦਾਨ ਦਿੱਤਾ ਹੋਇਆ, ਆਪਦਾ ਖਾ ਰਿਹਾ ਏ, ਨਾਲੇ ਰੋਂਦਾ ਏ। ਇਵੇਂ ਹੀ ਦਰਗਾਹ ਵਿੱਚ ਸਜਾਵਾਂ ਮਿਲਦੀਆਂ ਭਾਈ, ਜਿਹੜੇ ਜਿਹਾ ਬੀਓ ਤਿਹਾ ਫਲ ਪਾਇਆ, ਨਾ ਬੀਜ ਮਾੜਾ ਬੀਜ ਬੀਜ ਬੈਠੀ। ਇੱਥੇ ਬੰਦਿਆਂ ਦਾ ਸਵਾਲ ਨਹੀਂ, ਲੋਕਾਂ ਦਾ ਸਵਾਲ ਨਹੀਂ, ਇੱਥੇ ਪਰਮਾਤਮਾ ਦਾ ਘਰ ਏ ਸੰਸਾਰ। ਇਹ ਜਗ ਸੱਚੇ ਕੀ ਹੈ ਕੋਠੜੀ, ਤੇਰੇ ਹਰ ਗਲਤ ਕਰਮ ਨੇ ਪ੍ਰਫੁੱਲਤ ਹੋਣਾ ਹੈ, ਹਰ ਸੱਚੇ ਕਰਮ ਨੇ ਪ੍ਰਫੁੱਲਤ ਹੋਣਾ ਹੈ। ਇਹ ਸੱਚੇ ਦੀ ਕੋਠੜੀ ਏ। ਤੂੰ ਉਹਦੇ ਨਾਲ ਠੱਗੀਆਂ ਮਾਰਦਾ ਪਿਆ, ਤੂੰ ਉਹਦੇ ਨਾਲ ਧੋਖੇ ਕਰਦਾ ਪਿਆ। ਨਾ ਕਰ, ਗੁਰੂ ਸਾਹਿਬ ਕਹਿੰਦੇ ਨਾ ਕਰ, ਸਮਝਾਉਂਦੇ ਆ ਗੁਰੂ ਨਾਨਕ ਸਾਹਿਬ ਜੀ। ਕਰੂ ਕੀਚੇ ਨੇਕ ਨਾਮੀ, ਜੋ ਦੀਜੇ ਖਦਾਏ, ਜੋ ਦੀ ਸੇ ਜਮੀ ਪਰ, ਸੋ ਹੋਤੀ ਫਨਾਏ, ਸੋ ਹੋਤਾ ਫਨਾਏ। ਕੀਚੇ ਨੇਕ ਨਾਮੀ, ਖੁਦਾ ਨੇ ਦਿੱਤਾ ਕੋਈ ਨੇਕ ਨਾਮੀਆਂ ਕਰ ਲਾ ਬੀਜ। ਮੈਂ ਪਾਗਾਂ ਵਾਲਾ ਜੀ, ਮੈਨੂੰ ਮਿਲ ਗਏ ਸਤਿਗੁਰ ਪੂਰੇ, ਮੈਂ ਪਾਗਾਂ ਵਾਲਾ ਜੀ, ਮੈਂ ਪਾਗਾਂ ਵਾਲਾ, ਮੈਨੂੰ ਮਿਲ ਗਏ ਸਤਿਗੁਰ ਪੂਰੇ, ਮੈਨੂੰ ਆਪਣਾ ਬਣਾਇਆ ਸੀ। ਰਲਦੇ ਫਿਰਦੇ ਨੂੰ ਚਰਨਾਂ ਦੇ ਨਾਲ ਲਾਇਆ ਸੀ, ਮੇਰੇ ਗੁਰੂ ਨੇ ਮੇਰੇ ਤੇ ਮਿਹਰ ਕੀਤੀ ਸੀ, ਮੈਨੂੰ ਕੁਝ ਤੋਂ ਕੁਝ ਬਣਾਇਆ ਸੀ। ਰੀਠਾ ਆਖਦਾ ਜ਼ਹਿਰ ਦੇ ਨਾਲ ਭਰਿਆ, ਮੂੰਹ ਲਾਉਂਦਾ ਨਹੀਂ ਸੀ ਕੋਈ ਖਾਣ ਵਾਲਾ। ਦੇਖੋ ਫੋੜ ਕੇ ਮੇਰੇ ਕੀ ਸੀ ਵਿੱਚ ਵਿੱਚ ਮੇਰੇ, ਕੀ ਬਣਿਆ ਮੈਂ ਆਣ ਸ਼ਾਣ ਵਾਲਾ। ਲੋਕੀ ਤਰਸਦੇ ਨੇ ਮੇਰਿਆ ਦਰਸ਼ਨਾਂ ਨੂੰ, ਰੀਠਾ ਸਾਹਿਬ ਹੋਇਆ ਖਵਾਣ ਵਾਲਾ। ਕੋਈ ਨਾ ਵਡਿਆਈ, ਕੋਈ ਨਾ ਭੜਿਆਈ ਮੇਰੇ ਵਿੱਚ, ਸਭ ਵਡਿਆਈਆਂ ਮੇਰੇ ਗੁਰੂ ਦੀਆਂ ਜਾਣ ਜੀ। ਰੀਠਾ ਆਖਦਾ ਇਹ ਮੇਰੇ ਗੁਰੂ ਦੀਆਂ ਵਡਿਆਈਆਂ ਨੇ। ਕੁਰਬਾਨ ਜਾਵਾਂ ਆਪਣੇ ਗੁਰੂ ਤੋਂ, ਮੈਂ ਕੁਰਬਾਨ ਜਾਵਾਂ ਤੇਰੇ ਨੈਣਾ ਰਸੀਲਿਆਂ ਤੋਂ,
ਕੈਸੀ ਮਦ ਨਾਲ ਸਨ ਭਰੇ ਹੋਏ ਉਹ ਸੁੰਦਰ ਨਿਗਾਹ ਜਿੰਦੇ ਤੇ ਪਈ ਤੇਰੀ ਨਾਨਕਾ ਲੱਖਾਂ ਉਜੜੇ ਖੇ ਸਨ ਹਰੇ ਹੋਏ। ਲੱਖਾਂ ਉਜੜੇ ਧੰਨ ਬਾਬਾ ਕੁੰਦਨ ਸਿੰਘ ਜੀ ਦਾਸ ਚਰਨਾਂ ਚ ਗਿਆ ਹੈ। ਬਾਬਾ ਜੀ ਨੇ ਮੇਰਾ ਨਾਂ ਸੁਖੀ ਲੈਂਦੇ ਸੀ, ਸੁਖੀ ਹੋਰ ਵੀ ਕੀ ਹੈਗੇ ਸੀ, ਜੇ ਕੋਈ ਗੱਲ ਹੋਣੀ ਕੌਣ ਸੁਖੀ ਆਪਣਾ, ਮੈਨੂੰ ਬੜਾ ਚਾਅ ਚੜਨਾ ਵੀ ਮੈਨੂੰ ਆਪਣਾ ਕਹਿਦਾ ਬਾਬਾ ਜੀ ਨੇ ਆਪਣਾ। ਬਾਬਾ ਜੀ ਕਹਿੰਦੇ ਬਾਬਾ ਆਨੰਦ ਸਿੰਘ ਜੀ 100 ਜਨਮ ਭਗਤੀ ਕਰਕੇ ਉਹ ਕਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਮੈਨੂੰ ਆਪਣਾ ਬਣਾ ਲਓ। ਇਹ ਬਾਬਾ ਕੁੰਦਨ ਸਿੰਘ ਜੀ ਮੈਂ ਤਾਂ ਕੋਈ ਜਨਮ ਵੀ ਭਗਤੀ ਨਹੀਂ ਕੀਤੀ, ਤੁਸੀਂ ਮੈਂ ਨਹੀਂ ਕਿਹਾ ਮੈਨੂੰ ਆਪਣਾ ਬਣਾ ਲਓ, ਤੁਸੀਂ ਕਿਹਾ ਆਪਣਾ, ਤੁਸੀਂ ਆਪਣਾ ਬਣਾਇਆ। ਕਹਿੰਦੇ ਤਾਂ ਆਪਾਂ ਵੀ ਆਪਣਾ ਬਣਾ ਲਓ, ਮੈਨੂੰ ਆਪਣਾ ਬਣਾ ਲਓ। ਬਸ ਝਗੜੀ ਮੁੱਕ ਗਏ ਜਦੋਂ ਉਹਨਾਂ ਨੇ ਕਹਿਤਾ ਆਪਣਾ। ਜਿਹੜਾ ਪਿੰਡ ਮੈਨੂੰ ਮਿਲਿਆ ਉਹ ਵੀ ਬਾਬਾ ਕੁੰਦਨ ਸਿੰਘ ਦੇ ਅਰਪਣ, ਜਿਹੜੀ ਜ਼ਮੀਨ ਮਿਲੀ ਉਹ ਵੀ ਬਾਬਾ ਜੀ ਦੇ ਅਰਪਣ, ਜਿਹੜੇ ਮਾਂ ਪਿਓ ਮਿਲੇ ਉਹ ਵੀ ਬਾਬਾ ਜੀ ਦੇ ਅਰਪਣ, ਜਿਹੜਾ ਘਰ ਮਿਲਿਆ ਉਹ ਵੀ ਬਾਬਾ ਜੀ ਦੇ ਅਰਪਣ, ਜਿਹੜੇ ਖੇਤ ਮਿਲੇ ਉਹ ਵੀ ਬਾਬਾ ਜੀ ਦੇ ਅਰਪਣ। ਕਿੰਨੇ ਕਿੰਨੇ ਵੱਡੇ ਭਾਗ ਤੇ ਸਾਨੂੰ ਆਪਣਾ ਕਹਿ ਦਿੱਤਾ, ਆਪਣਾ ਬਣਾ ਲਿਆ। ਹੈ ਤਾਂ ਸਭ ਕੁਝ ਉਹਨਾਂ ਦਾ, ਬੰਦਿਆ ਕੁਝ ਨਹੀਂ ਤੇਰਾ, ਇੱਥੇ ਰਹਿ ਜਾਣਾ। ਉਹ ਮਿੱਟੀ ਦਾ ਮੁੱਲ ਪਾਤਾ ਸਾਡੀ ਗੁਰਬਾਣੀ, ਹਰ ਇੱਕ ਚੀਜ਼ ਦੀ ਕੀਮਤ ਪਾਤੀ। ਉੱਥੇ ਸਰੋਵਰ ਬਣਿਆ, ਉੱਥੇ ਠਾਠ ਬਣਿਆ, ਉੱਥੇ ਲੰਗਰ ਚੱਲੇ, ਉੱਥੇ ਗੁਰੂ ਦੀਆਂ ਸੰਗਤਾਂ ਆਈਆਂ ਗਈਆਂ, ਉੱਥੇ ਸਕੂਲ ਬਣੇ, ਉੱਥੇ ਕਾਲਜ ਬਣੇ। ਧੰਨ ਬਾਬਾ ਕੁੰਦਨ ਸਿੰਘ ਜੀ। ਅੱਜ ਰਜਨੀ ਨੂੰ ਭਰੋਸਾ ਹੈ ਪਰਮਾਤਮਾ ਦੇ, ਪ੍ਰਭੂ ਤੇ। ਦੁਨੀ ਚੰਦ ਦਾ ਮਨ ਟੁੱਟ ਗਿਆ ਹੈ, ਅੱਖਾਂ ਨਹੀਂ ਸੀ, ਕਿ ਇਹ ਧੀ ਇਹੋ ਜਿਹੀ ਧੀ ਹੈ, ਇਹਨੇ ਲੱਖਾਂ ਪੁੱਤ ਵਰਸਾਉਣੇ, ਤੂੰ ਇੱਕ ਪੁੱਤ ਨੂੰ ਰੋਣਾ ਹੈ। ਇਹਨੇ ਪਤਾ ਨਹੀਂ ਕਿੰਨੇ ਕੁ ਪੁੱਤ ਵਰਸਾਉਣੇ, ਕਿੰਨਿਆਂ ਦੇ ਰੋਗ ਬਿਮਾਰੀਆਂ ਹਟਣੀਆਂ ਨੇ, ਕਿੱਡਾ ਵੱਡਾ ਤੀਰਥ ਪ੍ਰਗਟ ਹੋਣਾ ਹੈ। ਧੰਨ ਗੁਰੂ ਰਾਮਦਾਸ ਜੀ ਨੇ ਮਾਨਵੀ ਉਸ ਸੱਤਿਆਵੰਤੀ ਨੂੰ ਦਿੱਤਾ। ਗੁਰੂ ਅਮਰਦਾਸ ਨੂੰ ਨਹੀਂ ਪਤਾ, ਗੁਰੂ ਰਾਮਦਾਸ ਜੀ ਨੂੰ ਨਹੀਂ ਪਤਾ ਉਸ ਸਥਾਨ ਦਾ, ਬਸ ਉਹਦਾ ਮਾਣ ਦੇਣਾ ਸੀ ਉਸ ਰਜਨੀ ਨੇ। ਬਾਪ ਨੇ ਕਿਹਾ ਮੈਨੂੰ ਪਿੰਗਲੇ ਪਤੀ ਨਾਲ ਵਿਆਹਾਂਗਾ, ਕੋੜੀ ਲਿਆਓ ਲੱਭ ਕੇ, ਮੱਖੀਆਂ ਪਿਣਕ ਪਿਣਕਾਦੀਆਂ ਨੂੰ ਕੋੜ ਪਿਆ ਹੋਵੇ, ਸਭ ਤੋਂ ਨੀਚ ਗੰਦਾ ਦੂਜੀਆਂ ਨੂੰ ਵਿਆਹਾਂਗਾ। ਵੱਡੇ ਵੱਡੇ ਘਰਾਂ 'ਚ ਰਾਜਿਆਂ ਦੀਆਂ ਧੀਆਂ ਰਾਜਿਆਂ ਘਰਾਂ 'ਚ ਜਾਂਦੀਆਂ, ਇਹਨੂੰ ਮੈਂ ਵਿਆਹਾਂਗਾ ਕੋੜੀ ਦੇ ਨਾਲ, ਦੇਖਾਂਗਾ। ਇਹ ਕਹਿੰਦੀ ਰੱਬ ਦਾ ਦਿੱਤਾ ਖਾਣੀ ਹੈ, ਰੱਬ ਕੀ ਹੈ। ਪਿਤਾ ਮਾਣ ਨਾ ਕਰ,
ਇਹ ਰਹਿੰਦੀਆਂ ਨੀ ਮਾਇਆ ਵਡਿਆਈਆਂ ਇਹ ਨੀ ਰਹਿੰਦੀਆਂ ਤੇ ਮਾਂ ਰੱਬ ਬਹੁਤ ਵੱਡਾ ਪਰਮਾਤਮਾ ਬੜੀ ਦੁਨੀਆ ਵਸਦੀ ਹੈ ਬੜੀ ਸੰਸਾਰ ਬੜੇ ਜਗਤ ਬੜੇ ਖੰਡ ਬ੍ਰਹਿਮੰਡਾਂ ਨੂੰ ਪਾਲਦਾ ਹੈ ਬਾਪ ਤੂੰ ਨਾ ਇੰਨਾ ਹੰਕਾਰ ਕਰ ਨਾ ਇੰਨਾ ਪਰਮਾਤਮਾ ਨੂੰ ਬੋਲ ਘਰ ਹਰਨਾਕਸ਼ ਦੇ ਕਵਲ ਘਰ ਹਰਨਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ ਕੱਲਰ ਵਿੱਚ ਕਵਲ ਫੁੱਲ ਖਿੜ ਗਿਆ ਜਿਹੜਾ ਪਾਣੀ ਵਿੱਚ ਖਿੜਦਾ ਉਹ ਸੋਕੇ ਦੀ ਮਾਰੀ ਹੋਈ ਜ਼ਮੀਨ ਚ ਬਿਮਾਰ ਜ਼ਮੀਨ ਚ ਕੱਲਰ ਵਾਲੀ ਜ਼ਮੀਨ ਚ ਕਵਲ ਫੁੱਲ ਖਿੜ ਗਿਆ ਅੱਜ ਇਹਦੇ ਘਰ ਵੀ ਇਹ ਕਵਲ ਫੁੱਲ ਖਿੜਿਆ ਇਹ ਕਲੀ ਖਿੜੀ ਹੈ ਭਗਤੀ ਭਗਤੀ ਦੀ ਦਾਤ ਭਗਤੀ ਹੈ ਇਹ ਹੰਕਾਰੀ ਗੁਰੂਆਂ ਦੀ ਮਹਾਂਪੁਰਸ਼ਾਂ ਦੀ ਸੰਗਤ ਸੀ ਰਜਨੀ ਨੂੰ ਭਗਤੀ ਵਾਲੇ ਨੂੰ ਸੰਗਤ ਪਰਮਾਤਮਾ ਆਪਣੇ ਆਪ ਹੀ ਬਖਸ਼ਦਾ ਰਹਿੰਦਾ ਹੈ ਸੁਬੋਧ ਹੁੰਦੀ ਉਹਨਾਂ ਦੀ ਕੁਬੋਧ ਨਹੀਂ ਹੁੰਦੀ ਉਹ ਅੰਦਰੋਂ ਪ੍ਰਗਟ ਹੁੰਦਾ ਹੀ ਰਹਿੰਦਾ ਸਭ ਕੁਛ ਬਸ ਇੱਕ ਲਫ਼ਜ਼ ਉਹਨਾਂ ਨੂੰ ਮਾੜਾ ਜਿਹਾ ਕਹਿ ਦਿਓ ਜਿਵੇਂ ਮਾੜੀ ਜੀ ਅਗਨੀ ਰੇਈ ਦੀ ਅਤੇ ਜੋਤ ਜਗ ਪੈਂਦੀ ਹੈ ਬਸ ਉਹਨਾਂ ਨੂੰ ਥੋੜ੍ਹੀ ਜਿਹੀ ਕਰੰਟ ਦੀ ਲੋੜ ਆਉਂਦੀ ਉਹ ਚੱਲ ਪੈਂਦੀ ਹੈ ਅੰਦਰ ਹੀ ਹੁੰਦਾ ਸਭ ਕੁਛ ਗੁਰਮੁਖਾਂ ਦੇ ਬਸ ਇੱਕ ਚਿੰਗ ਪਾਲਦੇ ਆ ਇਹਨੂੰ ਵੀ ਮਹਾਂਪੁਰਸ਼ਾਂ ਦੀ ਹੈ ਲੜਕੀ ਗੁਰਮੁਖੇ ਸਾਧੂ ਸੁਭਾਅ ਹੈ ਭਗਤੀ ਵਾਲੀ ਹੈ ਸ਼ਿਕਸ਼ਾ ਹੈ ਗੁਰੂਆਂ ਪੀਰਾਂ ਮਹਾਂਪੁਰਖਾਂ ਦੀ ਕਿ ਪਤੀ ਹੀ ਪਰਮੇਸ਼ਰ ਹੁੰਦਾ ਹੈ ਪਰਮਾਤਮਾ ਹੁੰਦਾ ਹੈ ਇੱਕ ਦੁਨੀਆਂ ਨੂੰ ਦਿਖਾਉਣਾ ਸੀ ਭਾਈ ਰੱਬ ਕੀ ਚੀਜ਼ ਰੱਬ ਕੀ ਚੀਜ਼ ਹੈ ਪਰਮਾਤਮਾ ਕੀ ਚੀਜ਼ ਹੈ ਪੱਥਰਾਂ 'ਚ ਵੀ ਪ੍ਰਗਟ ਹੋ ਜਾਂਦਾ ਹੈ ਨਹੀਂ ਮਿਲਣਾ ਤੇ ਖੁਦ ਰਾਮ ਤੋਂ ਵੀ ਰਾਮ ਨਹੀਂ ਮਿਲਣਾ ਮਿਲ ਜਾਣਾ ਤੇ ਪੱਥਰ 'ਚ ਵੀ ਰਾਮ ਪ੍ਰਗਟ ਹੋ ਜਾਣਾ ਹੈ ਸੱਤ ਕਰਕੇ ਉਹਨੇ ਪਤੀ ਨੂੰ ਕਬੂਲਿਆ ਹੈ ਪਿੰਗਲੇ ਪਤੀ ਦੇ ਨਾਲ ਲਾਵਾਂ ਲਈਆਂ ਨੇ ਖਾਰੇ 'ਚ ਪਾ ਕੇ ਜਾ ਇਹੋ ਹੀ ਤੇਰਾ ਪਤੀ ਉਹਨੇ ਚਰਨ ਧੋਤੇ ਆ ਚਰਨ ਧੋ ਕੇ ਪੀਤੇ ਆ ਉਹਨੇ ਪਰਿਕਰਮਾ ਕੀਤੀਆਂ ਉਹਨੇ ਮੱਥਾ ਟੇਕਿਆ ਹੈ ਉਹਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਮੈਨੂੰ ਪਰਮਾਤਮਾ ਪਰਮੇਸ਼ਰ ਮੇਰਾ ਤੂੰ ਮੈਨੂੰ ਮਿਲ ਗਿਆ ਆਖੋ ਸੀ ਮੈਨੂੰ ਮੇਰਾ ਪ੍ਰਭੂ ਮਿਲ ਗਿਆ ਵਕਾਰੀ ਨਹੀਂ ਸੀ ਰੂਪ ਕੂੜੇ ਰੂਪ ਦੀ ਭੁੱਖੀ ਨਹੀਂ ਸੀ ਬਾਹਰੋਂ ਕਰੂਪ ਅੰਦਰੋਂ ਸਰੂਪ ਸੀ ਉਹ ਉੱਤੋਂ ਤਾਂ ਕੋੜੀ ਸੀ ਅੰਦਰੋਂ ਨੇ ਸੁਰਤ ਹੋਈ ਸੀ ਜੋੜੀ ਆਖੋ ਸੀ ਬਾਹਰ ਦਾ ਕੋੜੀ ਸੀ ਅੰਦਰੋਂ ਰੱਬ ਨਾਲ ਜੋੜੀ ਹੋਈ ਸੀ ਸੁਰਤ ਹਰ ਵੇਲੇ ਰਜਨੀ ਨੂੰ ਸ਼ੁਭ ਸ਼ੁਭ ਉਪਦੇਸ਼ ਸੁਣਾਉਂਦਾ ਹੈ ਸਾਰੀ ਦੁਨੀਆ ਨੇ ਠਕਰਾਇਆ ਹੋਇਆ ਸੀ ਘਰੋਂ ਕੱਢਿਆ ਹੋਇਆ ਸੀ ਨਾ ਕੋਈ ਮਾਂ ਨਾ ਕੋਈ ਭੈਣ ਨਾ ਕੋਈ ਭਾਈ ਦੁਨੀਆ ਦੀ ਕੋਈ ਸ਼ੈ ਨਹੀਂ ਸੀ ਅੱਜ ਪਰਮਾਤਮਾ ਚੇਤੇ ਆ ਰਿਹਾ ਸੀ ਵਾਹਿਗੁਰੂ ਪਰਮੇਸ਼ਰ ਤੂੰ ਹੈ ਤੂੰ ਹੀ ਤੂੰ ਹੈ ਬਾਹਰੋਂ ਕੋੜੀ ਸੀ ਬਾਹਰੋਂ ਵੇਖਣ ਵਾਲੇ ਰਾਜੇ ਜਨਕ ਨੇ ਅਸੀਂ ਕਿਹਾ ਸੀ ਚੰਮ ਦੀ ਪਰਖ ਕਰਨ ਵਾਲੇ ਚੰਮ ਦਾ ਕੰਮ ਕਰਨ ਵਾਲੇ ਨੇ ਇਹ ਜਿਹੜੇ ਬਾਹਰਲਾ ਚੰਮ ਦੇਖਦੇ ਅਸਲੀ ਇਹ ਨੇ ਚੁਮਾ ਬਾਕੀ ਤਾਂ ਉਹਨਾਂ ਦੀ ਕਿਰਤ ਹੈ ਭਾਈ ਉਹ ਕਿਰਤ ਕਰਦੇ ਆਪਣੀ ਅਸਲੀ ਉਹ ਚੁਮਾਰ ਨੇ ਜਿਹੜੇ ਬਾਹਰੋਂ ਚੰਮ ਪਰਖਦੇ ਲੋਕਾਂ ਦੇ ਦਾਮਣੀ ਪਰਖਦੇ ਕਿ ਅੰਦਰ ਕੀ ਹੈ ਭਾਂਡੇ 'ਚ ਵਸਤੂ ਕੀ ਹੈ
ਇਹ ਹੁਣ ਵੇਖ ਲਓ ਪਿੰਗਲਾ ਪਤੀਏ ਕੁੜੀਏ ਮਾੜੇ ਕਰਮਾਂ ਕਰਕੇ ਸਭ ਕੁਝ ਹੋਇਆ ਪਰ ਰਜਨੀ ਉਹਦੇ ਚਰਨ ਵੀ ਚੁੰਮਦੀ ਏ ਮੱਥੇ ਵੀ ਟੇਕਦੀ ਏ ਉਹਨੂੰ ਰੱਬ ਹੀ ਸਮਝਿਆ ਹੋਇਆ ਕਿਹੋ ਹੀ ਆਵੀ ਕਿਸ ਤਰ੍ਹਾਂ ਵੀ ਸਿੱਖਿਆ ਹੈ ਬਾਬਾ ਜੀ ਕਹਿੰਦੇ ਸੀ ਜੇ ਸੌ ਜੂਏ ਬਾਜ ਹਰਾਮੀ ਚੋਰ ਯਾਰ ਵੀ ਹੋਵੇ ਨਰਾਇਣ ਦਾ ਰੂਪ ਜਾਣ ਕੇ ਚਰਨ ਪਤੀ ਦੇ ਤੋਵੇ ਲੂਲਾ ਹੋਵੇ ਲੰਗੜਾ ਹੋਵੇ ਮੂੰਹੋਂ ਬੋਲ ਨਾ ਸਕੇ ਇੱਕੋ ਓਟ ਲੈ ਕੇ ਪਤੀ ਦੀ ਪੁੱਛ ਨਾ ਦੂਜਾ ਤੱਕੇ ਪਤੂ ਪਤੀ ਬ੍ਰਹਮਾ ਵਿਸ਼ਨੂੰ ਪਤੀ ਬ੍ਰਹਮਾ ਪਤੀ ਵਿਸ਼ਨੂੰ ਪਤੀ ਮਹੇਸ਼ਰ ਮੁਗਤ ਜੁਗਤ ਦੇ ਦੇਣ ਵਾਲਾ ਪਤੀ ਰੂਪ ਪਰਮੇਸ਼ਰ ਰਜਨੀ ਨੇ ਸੱਤ ਕਰਕੇ ਮੰਨਿਆ ਇਹ ਲੂਲਾ ਲੰਗੜਾ ਕਿਹੋ ਜਿਹਾ ਸੀ ਉਹਨੂੰ ਲੈ ਕੇ ਤੁਰ ਪਈਏ ਬਾਪ ਤੋਂ ਇੱਕ ਵੀ ਚੀਜ਼ ਬਾਪ ਨੇ ਦਿੱਤਾ ਹੀ ਨਹੀਂ ਕੋਈ ਵੀ ਲੰਗੜੇ ਦੇ ਲੂਲੇ ਦੇ ਕੋੜੀ ਦੇ ਲੜ ਲਾਇਆ ਰੱਜ ਰੱਜ ਕੇ ਨਾਮ ਜਪਦੀ ਪਰਮੇਸ਼ਰ ਨੂੰ ਰਾਤ ਦੀ ਪਤੀ ਦੀ ਸੇਵਾ ਕਰਦੀ ਮੰਗ ਕੇ ਭਿੱਖਿਆ ਲਿਆ ਕੇ ਪਹਿਲੋਂ ਪਤੀ ਨੂੰ ਛਕਾਉਂਦੀ ਹੈ ਫਿਰ ਆਪ ਛਕਦੀ ਹੈ ਉਹਦੇ ਮੂੰਹ ਲਾਲਾਂ ਸਾਫ਼ ਕਰਦੀ ਉਹਨੂੰ ਰੋਟੀ ਖਵਾਉਂਦੀ ਹੈ ਇਹ ਨਹੀਂ ਕਿ ਮੈਨੂੰ ਮੇਰੇ ਮਾੜੇ ਕਰਮ ਮਿਲ ਗਏ ਹੋ ਗਿਆ ਉਹ ਹੋ ਗਿਆ ਉਹਨੂੰ ਕਿਹਾ ਸਭ ਤੋਂ ਪਰਮੇਸ਼ਰ ਮਿਲ ਗਿਆ ਕਿੰਨੀ ਸੇਵਾ ਕੀਤੀ ਕਿੰਨੀ ਥਾਵਾਂ 'ਤੇ ਗਈ ਲੈ ਗਏ ਕਿੰਨੀਆਂ ਯਾਤਰਾ ਤੀਰਥ ਯਾਤਰਾ ਕਰਾਈਆਂ ਨਾਮ ਜਪਦੀ ਜਪਾਉਂਦੀ ਤੀਰਥਾਂ 'ਤੇ ਫਿਰਦੀ ਏ ਅੰਮ੍ਰਿਤਸਰ ਦੀ ਧਰਤੀ 'ਤੇ ਆ ਗਈ ਅਤੇ ਧੰਨ ਗੁਰੂ ਰਾਮਦਾਸ ਜੀ ਬਿਰਾਜਮਾਨ ਨੇ ਸ਼ਹਿਰ 'ਚੋਂ ਮੰਗ ਕੇ ਭਿੱਖਿਆ ਉਹਦੇ ਵਾਸਤੇ ਲੈਣ ਗਈ ਮੰਗਣ ਵਾਸਤੇ ਅਤੇ ਮਗਰੋਂ ਫਿਰ ਕੌਤਕ ਹੋ ਗਿਆ ਸਾਹਮਣੇ ਕੀ ਦੇਖਿਆ ਪਿੰਗਲੇ ਪਤੀ ਨੇ ਕਿ ਹੰਸ ਬਣਦੇ ਰੰਗ ਚਿੱਟੇ ਹੁੰਦੇ ਜਾਂਦੇ ਕਾਵਾਂ ਦੇ ਚੁੱਭੀ ਮਾਰਦੇ ਰੰਗ ਬਦਲ ਜਾਂਦੇ ਉਹਨੇ ਵਿੱਚ ਇਸ਼ਨਾਨ ਕੀਤਾ ਉਹ ਵੀ ਨੌ ਬਰ ਨੌ ਹੋ ਗਏ ਇਹਨੂੰ ਭਰਮ ਪੈ ਗਿਆ ਵੀ ਕੋਈ ਬੰਦੇ ਨੇ ਮੇਰੇ ਪਤੀ ਨੂੰ ਮਾਰ ਕੇ ਉਸ ਥਾਂ 'ਤੇ ਆਣ ਕੇ ਬਹਿ ਗਿਆ ਮੇਰਾ ਤਾਂ ਪਤੀ ਪਿੰਗਲਾ ਸੀ ਇਹ ਨਹੀਂ ਸੀ ਇਹ ਸੰਸਾ ਕਰਦੀ ਪਤੀ ਉਹਨੂੰ ਵਿਸ਼ਵਾਸ ਦਵਾਉਂਦਾ ਹੈ ਅਖੀਰ 'ਤੇ ਸਾਰਾ ਫੈਸਲਾ ਹੋ ਗਿਆ ਨਿਰਣਾ ਹੋ ਗਿਆ ਜਿਹੜੇ ਕੋੜ ਦੇ ਨਿਸ਼ਾਨ ਰਹਿ ਗਏ ਸੀ ਹੱਥ ਬੇਰੀ ਦੀ ਟਾਹਣੀ ਫੜ ਕੇ ਵਿੱਚ ਵੜ ਕੇ ਇਸ਼ਨਾ ਉਹ ਵੀ ਉਸ ਜਲ ਨਾਲ ਸੁੰਦਰ ਹੋ ਗਿਆ ਵਿਸ਼ਵਾਸ ਹੋ ਗਿਆ ਕਿ ਇਸ ਧਰਤੀ 'ਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇੱਥੋਂ ਇਹ ਕਹਿੰਦੇ ਤੀਰਥ ਪ੍ਰਗਟ ਹੋਇਆ ਰਾਮਦਾਸ ਸਰ ਇਸ ਬੀਬੀ ਨੂੰ ਮਾਣ ਮਿਲਿਆ ਇਸ ਔਰਤ ਨੂੰ ਮਾਣ ਮਿਲਿਆ ਭਰੋਸਾ ਹੈ ਵਿਸ਼ਵਾਸ ਹੈ ਜੋ ਮਿਲਿਆ ਹੈ ਸਾਥੇ ਸਾਥੇ ਕੋਈ ਸ਼ੰਕਾ ਹੀ ਨਹੀਂ ਕੋਈ ਨਹੀਂ ਸ਼ੁਕਰਾਨਾ ਸ਼ੰਕਾ ਨਹੀਂ ਪਰਮਣੀ ਸ਼ੁਕਰਾਨਾ ਹੈ ਗੁਰੂ ਦਾ ਹਰ ਗੱਲ 'ਤੇ ਸ਼ੁਕਰਾਨਾ ਕਰਨਾ ਜੋ ਕੁਛ ਤੂੰ ਦਿੱਤਾ ਹੈ ਨਾ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਨਾਥਾਂ ਤੇਰਾ ਮਾਣਾ ਕਿੰਨਾ ਦੇਖੋ ਦੁਨੀਆਂ ਰੋਂਦੀ ਸੀ ਤਾਹਾਂ ਮਾਰਦੀ ਸੀ
ਭੈਣਾਂ ਸਮਝਾਉਂਦੀਆਂ ਸੀ ਨੀ ਰਜਨੀ ਤੂੰ ਮੰਨ ਜਾ ਕਹਿਦੇ ਪਿਤਾ ਨੂੰ ਮਾਫੀ ਮੰਗ ਲਾ ਕਹਿਦੇ ਪਿਤਾ ਨੂੰ ਕਿ ਤੇਰਾ ਦਿੱਤਾ ਖਾਣੀ ਉਹ ਜ਼ਾਲਮ ਸੀ ਉਹਨੇ ਵਿਆਹ ਦਾ ਤੋਰਤਾ ਨਾਲ ਕੱਢਤਾ ਘਰ ਚੋਂ ਇਹਨੇ ਪੂਰੇ ਧਰਮ ਨੂੰ ਪੂਰੇ ਸੱਤ ਨੂੰ ਪਾਲਿਆ ਪਰਮਾਤਮਾ ਪਰਮੇਸ਼ਰ ਪ੍ਰਗਟ ਹੋ ਕੇ ਬੈਠ ਗਿਆ ਦੱਸੋ ਕਰਮਾਂ ਦਾ ਮਾਰਿਆ ਪਿੰਗਲਾ ਐਸੀ ਜਾਤ ਦੀ ਕਮੀਨੀ ਰੂਪ ਰੰਗ ਤੋਂ ਵੀ ਹੀਣੀ ਕੁੱਲ ਢੰਗ ਤੋਂ ਵੀ ਹੀਣੀ ਬਣ ਸਕਦੀ ਕੋਈ ਜਾਤ ਪਾਤ ਦੀ ਸਭ ਪਾਸਿਓ ਕਮੀਨੀ ਹੀਣੀ ਤੇ ਜਿਹੜਾ ਸ੍ਰਿਸ਼ਟੀ ਦਾ ਮਾਲਕ ਏ ਰਾਮ ਉਹਦਾ ਖਿੱਚਿਆ ਹੋਇਆ ਰਾਮ ਆਇਆ ਉਹ ਰਾਮ ਦੀ ਪੀਲਣੀ ਆਖੋ ਸੀ ਐਸੀ ਪ੍ਰੇਮ ਵਾਲੀ ਪੀਲਣੀ ਜਾਤ ਪਾਤ ਸਭ ਪਾਸਿਓ ਹੀਣੀ ਖੁਦ ਭਗਵਾਨ ਅਯੁੱਧਿਆ ਨਿਵਾਸੀ ਦਸ਼ਰਥ ਦੇ ਪੁੱਤਰ ਰਾਜਾ ਰਾਮ ਚੰਦਰ ਜੀ ਉਹਦੀ ਝੌਂਪੜੀ ਦੇ ਵਿੱਚ ਆਏ ਉਹਦੇ ਜੂਠੇ ਬੇਰ ਖਾਧੇ ਆਖੋ ਉਹਦੇ ਜੂਠੇ ਬੇਰ ਖਾਧੇ ਚਾਰੇ ਬੇਰ ਖਾ ਕੇ ਜੂਠੇ ਪੀਲਣੀ ਦੇ ਜਨਮ ਮਰਨ ਦੇ ਕਸ਼ਟ ਨਿਵਾ ਦਿੱਤੇ ਪੱਕਾ ਚੌਲ ਸਦਾਮੇ ਦੇ ਚੱਬ ਕੇ ਬਦਲੇ ਵਿੱਚ ਪਦਾਰਥ ਚਾਰ ਦਿੱਤੇ ਕੁਬਜ ਕੁਬਜਾ ਦਾ ਕੀਤਾ ਸੀ ਦੂਰ ਸਾਰਾ ਜਿਹਨੇ ਦੋ ਪੈਸਿਆਂ ਦੇ ਹਾਰ ਦਿੱਤੇ ਇਸੇ ਤਰ੍ਹਾਂ ਹੀ ਸਸਤੇ ਸੌਦੇ ਰਿਹਾ ਕਰਦਾ ਪੱਥਰ ਸਾਗਰਾਂ ਦੇ ਵਿੱਚੋਂ ਉਤਾਰ ਦਿੱਤੇ ਉਹ ਕਹਿੰਦੇ ਤੂੰ ਪੱਥਰ ਨੂੰ ਪਰਮਾਤਮਾ ਮੰਨ ਲਾ ਪਰਮੇਸ਼ਵਰ ਤੂੰ ਗ੍ਰੰਥ ਨੂੰ ਨਿਰੰਕਾਰ ਮੰਨ ਲਾ ਪਰ ਨਿਰੰਕਾਰ ਏ ਪਰਮੇਸ਼ਵਰ ਏ ਗੁਰੂ ਗ੍ਰੰਥ ਸਾਹਿਬ ਜੀ ਤੂੰ ਬੰਦੇ ਨੂੰ ਰੱਬ ਮੰਨ ਲਾ ਪੁਰਸ਼ ਨੂੰ ਉਹ ਨਾਨਕ ਨਿਰੰਕਾਰ ਏ ਲੈਣੇ ਨੇ ਮੰਨ ਲਿਆ ਨਾਨਕ ਨਿਰੰਕਾਰ ਨਾਨਕ ਆਪ ਰੱਬ ਨਾਨਕ ਆਪ ਪਰਮੇਸ਼ਵਰ ਕੋਈ ਕਹਿੰਦਾ ਕਾਲੂ ਦਾ ਪੁੱਤਰ ਏ ਕੋਈ ਕਹਿੰਦਾ ਸਾਲਾ ਏ ਜੈ ਰਾਮ ਦਾ ਕੋਈ ਕਹਿੰਦਾ ਭਰਾ ਏ ਨਾਨਕੀ ਦਾ ਹੈ ਕੌਣ ਨਿਰੰਕਾਰ ਕਾਲ ਪੁਰਖ ਨਾਨਕ ਨਿਰੰਕਾਰ ਮਨ ਤੂੰ ਆਪਣੀ ਇਸ ਕਰਕੇ ਆ ਜਿਨ੍ਹਾਂ ਨੇ ਪਤੀ ਨੂੰ ਪਰਮੇਸ਼ਰ ਮੰਨਿਆ ਪਰਮੇਸ਼ਰ ਦਾ ਫਲ ਮਿਲਿਆ ਪਰਮਾਤਮਾ ਦਾ ਮਿਲਿਆ ਪਰਮੇਸ਼ਰ ਹੀ ਮਿਲਿਆ ਫਲ ਕੀ ਪਰਮੇਸ਼ਰ ਹੀ ਮਿਲਿਆ ਉਹਨੂੰ ਕਾਰਜ ਰਜਨੀ ਦਾ ਪ੍ਰਭੂ ਕੌਣ ਏ ਉਹੀ ਪਰਮਾਤਮਾ ਕੌਣ ਏ ਪਰਮੇਸ਼ਰ ਕੌਣ ਏ ਉਹੀ ਜਿਹਨੂੰ ਮਹਾਂਪੁਰਖ ਸਾਧੂ ਦੀ ਸੰਗਤ ਮਿਲੀ ਉਹਦਾ ਉਹ ਪਰਮੇਸ਼ਰ ਰੱਬ ਕੋਈ ਵੀ ਪੱਥਰਾਂ ਚੋਂ ਪ੍ਰਗਟ ਹੋ ਗਿਆ ਦਰਖਤਾਂ ਚੋਂ ਪਾਣੀਆਂ ਚੋਂ ਮਿੱਟੀ ਚੋਂ ਗ੍ਰੰਥਾਂ ਚੋਂ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਕੋਈ ਹੋਰ ਨੀ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਰਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਭ ਤੁਮ ਹੀ ਪ੍ਰਤਪਾਲਕ ਮਿਰਤ ਮੰਡਲਿਕ ਤੂੰ ਹੀ
तुम्हें पिता तुम्हें फण माता तुम्हें मीत हित प्राता तुम्हें परवार तुम्हें अधारा तुम्हें जी प्राण दाता तुम्हें खजीना तुम्हें जरीना तुम्हें माणक लाला तुम्हें पा जात गोते पाए तो नानक पै निहाला। साधु संत महापुरखा की बहुत कमाई होती है, बहुत वड्डी वड्याई उन्होंने, उन्होंने बराबर कोई भी जप तप संसार च कर नहीं सकता। जिवें बाबा आनंद सिंह जी महाराज ने जुड़ के भगती की थी। कोई कर लवे उन्हां वांगू। एक आदमी बाबा जी की रीस नाल उमी भोरा खट के बह गया। जिवें बाबा जी बैठे सी मां संपड़ पाठ कर रहे सी, डेढ़ दो साल लगे, उन्हें भी उमें भोरा बना लिया। उन्दे वाल कोई जावे ना, गुरसाब ही रख रहे उन्हें। दूजे पासे बाबा आनंद सिंह जी बैठे सी, उधर सारे मत्थे टेकन अरदासा करन, उधर कोई भी ना करे। उन्हें कहा भी शायद भोरे विच वड़ के पाठ पूजा करन दे नाल, पाठ पूजा करन नाल गुरु ग्रंथ साहिब दे नाल शायद सब कुछ एवं होएगा। बाबा आनंद सिंह जी वांगू मम्मी चमक जाऊंगा। वो फिर नास्तक हो गया, गुरु साहब की बेअदबी कर लगा, भी इन्हें शक्ति नहीं है, बेअदबी कर लगा। जो उन्हें बेअदबी नूं हाथ पाया, बाबा आनंद सिंह जी उनके भोरे च जा प्रगट हुए। और रीसा नहीं करी दिया, भाई रीसा नहीं करी, रीसा नाल कोई नहीं होता। हुक्म च आके अच सेवक बन के खड़ी, ओनू समाध दिती भी इन्हां दी गुरु साहब दी पाप ना खाटा। ए अकाल पुरख दी बाणी सब दा भला करदी, रब दा रूप है। तू रीसा करदा उन्होंने बाबा जी ने उपदेश दिता, समत बख्शी अंदरूनी बल देना। एक पवानदा सी बाबा जी की रीस नाल, बाबा जी केस बन के तब किया कि बाबा आनंद सिंह जी इन्नी कमाई की, उनकी बोधी सी बोधी बन के कर लग गए। नींदर का झूठा आया, बोधी पट्टी गई होंगी। बाबा जी कहते भगवान दास भगती पई करी बोधी पई पटी। बड़ा शर्मसार होया, रीसा करे तनाड़ियां जो सेवे दर खड़िया, और नाल खसमे रतियां माणी सेजड़िया। तेरा ता भला है नानक जन्म सकार था, जे तिनके संग मला उन्हां दी तूड़ बन गया। रीसा ना कर, बड़िया ने बाबा जी दीआं रीसा कीतीआं, बहुत दुखी होए। बाबा जी दी बंदगी बड़ी वड्डी है। कोई प्राणी आया है, बैठे सी महापुरशां दे कोल, महापुरख कहिंदे गुरमुखां आपां इवें बैठे आं गुरबाणी पढ़ दी है, आउंदा है कोई पाठ पूजा, कहिंदे जपजी साहिब दा पाठ ही आउंदा है। ते कहिंदे चल तू भी कर ला भाई, असीं भी कर लैणे आ। दोनों जने जपजी साहिब दा वेला टाइम है, तू भी पाठ कर ला, असीं भी कर लैणे आ। उनका अभ्यास दस कु मिनटां जपजी साहिब का पाठ करन दा सी। महापुरश भी अपने ध्यान च बैठे पाठ किया, कर लिया गुरमुखा। किन्ने पाठ किए जी? एक पाठ। कहना महाराज तुसी परमात्मा ने जो करा लिया भाई कर लिया। नहीं जी महाराज, फिर भी तुसी किन्ने पाठ किए? जिन्ने करा ले परमात्मा ने, दो कर ले होंगे।
एक किता होगा या दो कर ले होंगे, पांच पांच मिनट से कर ले होंगे। महापुरख कहते प्यार है जो परमेश्वर ने करा रहा है। उन्हें कहा नहीं जी महाराज मैंने जरूर दसो किन्ने पार थोड़े हुए। वो फिर दसिया भी कोई 3.5 करोड़ रोम आखदा है, साढ़े 3 करोड़ शायद कहते हैं। भाई गुरदास जी ने 7 करोड़ रोम लिखे, 7 करोड़ रोम एक शरीर का। जे 3.5 करोड़ भी है फिर भी उन्होंने डबल करके लिखा होगा भी 7-7 करोड़ रोम सब ही सही। पर असल में दसिया 1600 पता नहीं किन्ने पद्म जेडे ब्रह्म ज्ञानिया महापुरुषा ने दसिया, उन्हें पद्मा की गिनती च दसिया है। 1600 पता नहीं पद्म रोम है। महापुरुष कहते असी 1600 पद्म जपजी साहब का पाठ किया, एक नहीं दो नहीं हजार नहीं लख नहीं करोड़ नहीं नील संख पद्म एक एक रोम नहीं जपी। इन्ने चेर च 1600 पद्म बाबे नंद सिंह का सिमरन हो। आपां वाहिगुरु कहने बाबा नंद सिंह जी 1600 पद्म बरी वाहिगुरु कहते। आपां धन गुरु नानक कहने बाबा नंद सिंह जी 1600 पद्म धन गुरु नानक कहते। गुरमुख रोम रोम असीं कित्थे पहुंच जाएंगे। उन्हां दी भगती बराबर साडी कित्थे भगती। साडा सिमरन एक थां ते लिखिया 1,80,000 भूत प्रेत इस मन अंदर वसदा है। किसी ने शरीर के अंदर कीटाणुआं की गिनती कदी नहीं किसी ने की थी। किन्ने गुणे वो जीव किन्ने गुणे खून दे सैल किन्ने गुणे सारे चिट्टे सैल किन्ने आ खून वाले किन्ने आ। शरीर दे एक एक पानी च खून च हर च जीव जंतु है। इथों तक कह दिता महापुरुषों ने जो ब्रह्मंडे सोई पिंडी कि जिड्डा जिन्ना कुछ ब्रह्मंड दे विच है ना उन्ना ही शरीर च। वह भाई जेड़े शरीर ने किया धन गुरु नानक ते सारे ब्रह्मंड ने किया है धन गुरु नानक आखो सी। जे जो ब्रह्मंडे सोई पिंडे असी असी उवें कह लांगे जो ब्रह्मंड विच निरंकार काल पुरख देवी देवता पता नहीं किन्नियां कु शक्तियां किन्ना कु वायुमंडल है किन्ने जीव जंते किन्ने हवा वाले जीव जंते किन्ने पानी वाले जीव जंते निके निके किरम किन्ने कुने गिनती नहीं। वो ब्रह्मंड विच अज महापुरश दा जो ब्रह्म पिंड जो ब्रह्मंडे सोई पिंडे ते जे महापुरश गूंजिया ब्रह्मंड गूंजिया तू पहुंच जाएगा उथे महापुरख के बराबर तू कर लेगा गिनतियां कर दे। बाबा नंद सिंह ने इन्ना पाठ किया इन्ना सिमरन किया इन्नी साधना की। आप कह रहे हैं कि बाबा जी ने 24 घंटे साधना कर दी। बाबा नंद सिंह जी दे 24 घंटे ते बाबा नंद सिंह जी का एक सकिंट ही दुनिया लई बहुत है। दुनिया लई एक एक सकिंट ही सृष्टि लई बहुत है। जिन्हां दा हर चीज परमेश्वर गुरु नानक साहिब नाल जुड़ी हुई है। मेरे लू लू विच तू आखो सी भाई लू लू रोम रोम हर समय
ਧੰਨ ਬਾਬਾ ਮਾਂ ਹਰਨਾਮ ਸਿੰਘ ਜੀ, ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਬਾਬਾ ਈਸ਼ਰ ਸਿੰਘ ਜੀ, ਧੰਨ ਬਾਬਾ ਕੁੰਦਨ ਸਿੰਘ ਜੀ, ਜਿਨ੍ਹਾਂ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਏਗਾ, ਇਹੀ ਸੀ ਸਭ ਕੁਝ ਆਖੋ ਸੀ, ਇਹੀ ਰੱਬ, ਇਹੀ ਬ੍ਰਹਿਮੰਡਾਂ ਦੇ ਮਾਲਕ, ਇਹੀ ਮਾਂ ਗੁਰੂ ਨਾਨਕ ਸਾਹਿਬ ਸੀ, ਇਹੀ ਦਸ ਗੁਰੂ ਸਾਹਿਬ ਦਾ ਸਰੂਪ ਸੀ, ਇਹੀ ਬਾਬਾ ਮਾਂ ਹਰਨਾਮ ਸਿੰਘ, ਬਾਬਾ ਆਨੰਦ ਸਿੰਘ, ਬਾਬਾ ਕੁੰਦਨ ਸਿੰਘ ਜੀ, ਸਭ ਕੁਝ ਆਖੋ ਸੀ। ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਸਭ ਕੁਝ। ਸਭ ਕੁਝ ਇਹਨਾਂ ਵਿੱਚ, ਤੂੰ ਦਰਿਆਓ ਸਭ ਤੁਝੀ ਮਾਏ, ਤੁਝ ਬਿਨ ਦੂਜਾ ਕੋਈ ਨਹੀਂ, ਜੀ ਜਨ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਣਾਈ ਸੋਈ ਜਨ ਜਾਣੀ, ਹਰ ਗੁਣ ਸਾਦੀ ਆਖੋ ਖਾਣੀ, ਜਿਨ ਹਰ ਸੇਵਿਆ ਦਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਵਰਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ, ਗੁਰਮੁਖ ਪ੍ਰਗਟ ਹੋਏ। ਧੰਨ ਗੁਰੂ ਨਾਨਕ, ਇੱਕ ਪਿੰਗਲਾ ਵੀ ਪਤੀ ਪਰਮੇਸ਼ਰ ਬਣ ਗਿਆ, ਉਸ ਪਰਮੇਸ਼ਰ ਨੂੰ ਇੰਨਾ ਵੱਡਾ ਮਾਣ ਮਿਲਿਆ ਕਿ ਜਿਹਨੇ ਡਿੱਠੇ ਸਵੇ ਥਾਮ ਨਹੀਂ ਤੁਧ ਜੇ ਆ, ਉਹਦੇ ਤੋਂ ਸ਼ੁਰੂਆਤ ਹੋਈ। ਬਦਹੁ ਪੁਰਖ ਵਿਧਾਤੇ ਤਾਂ ਤੂੰ ਸੋਇਆ, ਵਸਦੀ ਸਗਣੇ ਅਪਾਰ ਅਨੂਪ ਰਾਮਦਾਸਪੁਰ, ਹਰ ਹਰ ਨਾਨਕ ਕਸਮਲ ਜਾਈ ਦਾ ਯੇ ਰਾਮਦਾਸ। ਭਾਵਨਾ ਨੂੰ ਭਰੋਸੇ ਨੂੰ, ਮਰੇ ਮਿੱਤਰ ਮਰੇ ਜੋ ਘਾਤੀ ਕਰਨ ਵਾਲਾ, ਪੁੱਤਰ ਮਰੇ ਆਗਿਆਕਾਰ ਨਹੀਂ, ਧੀ ਮਰੇ ਕੁਲ ਨੂੰ ਦਾਗ ਲਾਵੇ, ਨੂੰ ਮਰੇ ਸ਼ਰਮਸ਼ਾਰ ਨਹੀਂ, ਮਰੇ ਰੋਗੀ ਹਮੇਸ਼ਾ ਰਹਿ ਦੁਖੀਆ, ਵੈਦ ਮਰੇ ਦਾਰੂ ਗੁਣਕਾਰ ਨਹੀਂ, ਮਰੇ ਸਿੱਖ ਜਿਹੜਾ ਸਿਦਕੋ ਹਾਰ ਜਾਵੇ, ਜਿਹਦਾ ਸਿਦਕੀ ਚਲਾ ਗਿਆ, ਭਰੋਸਾ ਹੀ ਚਲਾ ਗਿਆ। ਪਿਆਰੇ ਖਾਲਸਾ ਜੀ, ਜਗ ਤੋਂ ਵੀ ਮਰ ਜੇ ਜਿਹਦਾ ਗੁਰੂ ਦੇ ਨਾਲ ਪਿਆਰ ਨਹੀਂ, ਸਿਦਕ ਭਰੋਸਾ, ਖਸਮ ਕਾ ਨਾਨਕੇ ਜੀ ਹਰੇ, ਆਪਣੇ ਮਾਲਕ ਤੇ ਭਰੋਸਾ ਕਰ, ਆਪਣੇ ਵਾਹਿਗੁਰੂ ਤੇ, ਆਪਣੇ ਪ੍ਰਭੂ ਤੇ ਵਿਸ਼ਵਾਸ ਕਰ, ਵੇਖੇਗਾ ਤੇ ਗ੍ਰੰਥੀ, ਵੇਖੇਗਾ ਤੇ ਨਿਰੰਕਾਰ ਏ ਗੁਰੂ ਨਾਨਕ, ਵੇਖੇਗਾ ਤੇ ਬੰਦਾ ਏ, ਵੇਖੇਗਾ ਤੇ ਪਰਮਾਤਮਾ, ਵੇਖੇਗਾ ਸੰਤੇ, ਵੇਖੇਗਾ ਤੇ ਅਨੰਤੇ, ਸੰਤ ਅਨੰਤੇ ਅੰਤਰ ਨਾਹੀਂ, ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੋ, ਸੰਗਤ ਕਰੋ, ਨਾਮ ਪੁਰਸ਼ਾਂ ਦੀ ਸਾਧ ਸੰਗਤ ਨਾਲ ਜੁੜੇ ਰਹੋ, ਨਾਮ ਜਪਦੇ ਰਹੋ, ਗੁਰੂ ਸਾਹਿਬ ਹਾਜ਼ਰ ਨਾਜ਼ਰ, ਪੁੰਨ ਦਾਨ ਸੇਵਾ ਸਿਮਰਨ ਕਰਦੇ ਰਹੋ, ਜੋ ਪਰਮੇਸ਼ੁਰ ਕਿਰਪਾ ਕਰੇ ਥੋੜ੍ਹਾ ਥੋੜ੍ਹਾ ਕਰੀ ਜਾਓ, ਅੰਮ੍ਰਿਤ ਵੇਲਾ ਸ਼ਾਮਾਂ ਦੇ ਵਕਤ ਸੰਭਾਲੋ, ਭਜਨ ਪਾਠ ਭਗਤੀ ਕਰੋ, ਗੁਰੂ ਸਾਹਿਬ ਦੇ ਕੋਲ ਬਹੁਤ ਦਾਤਾ ਨੇ, ਬਹੁਤ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਖੇਮ ਸਿੰਘ ਜੀ ਮਹਾਂਪੁਰਖ,
ਜਿਨ੍ਹਾਂ ਨੇ ਦ੍ਰਿਸ਼ਟੀ ਦੇ ਨਾਲ ਨਜ਼ਰੀ ਨਜ਼ਰ ਨਿਹਾਲ ਕੀਤਾ ਮਹਾਂਪੁਰਖਾਂ ਨੇ। ਬਾਬਾ ਆਨੰਦ ਸਿੰਘ ਜੀ ਮਹਾਰਾਜ ਐਸੇ ਰੱਬ ਸੀ, ਪਤਾ ਨਹੀਂ ਕਿੰਨੇ ਉਹਨਾਂ ਤੋਂ ਮਹਾਂਪੁਰਸ਼ ਤੇ ਕਿੰਨੀਆਂ ਕਮਾਈਆਂ। ਬਸ ਜਿਉਂ ਜਲ ਘਟਾਊ ਚੰਦਰ, ਕਹਿੰਦੇ ਚੰਦਰਮਾ ਏ ਘੜੇ ਜਿੰਨੇ ਵੀ ਨੇ ਸਾਰਿਆਂ ਘੜਿਆਂ ਚ ਪੂਰਾ ਦਿਸਦਾ। ਹਵਸਮਾਣੀ ਜੋਤ ਜਿਉਂ ਜਲ ਘਟਾਊ ਚੰਦਰ। ਧੰਨ ਬਾਬਾ ਆਨੰਦ ਸਿੰਘ ਜੀ ਤੋਂ ਭਰੋਸਾ ਹੋਏ ਮਹਾਂਪੁਰਸ਼ ਸਾਰਿਆਂ ਘੜਿਆਂ ਦੇ ਵਿੱਚ ਪੂਰੇ ਦਿਸਦੇ ਆ। ਹਵਸਮਾਣੀ ਜੋਤ ਜਿਉਂ ਜਲ ਘਟਾਊ ਚੰਦਰ, ਸਾਰਿਆਂ ਘੜਿਆਂ ਦੇ ਵਿੱਚ ਪੂਰਾ ਚੰਦਰਮਾ। ਘਟ ਪੁੱਟ ਫੁੱਟੇ ਤੇ ਉਹੀ ਪ੍ਰਕਾਸ਼, ਸਹਿਜ ਘਟਾ ਮੇਕ ਪ੍ਰਕਾਸ਼, ਸਾਰਿਆਂ ਘੜਿਆਂ ਚ ਕੋਈ ਪ੍ਰਕਾਸ਼ ਹੈ। ਘੜੇ ਟੁੱਟ ਗਏ ਤੇ ਫਿਰ ਉਹੀ ਇੱਕੋ ਪ੍ਰਕਾਸ਼ ਹੈ। ਐਡੀ ਕਮਾਈ ਬਾਬਾ ਆਨੰਦ ਸਿੰਘ ਮਹਾਰਾਜ ਦੀ, ਇੰਨੀ ਵੱਡੀ ਵਡਿਆਈ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦੀ, ਉਹਨਾਂ ਦੀ ਭਗਤੀ। ਆਪ ਖੁਦ ਗੁਰੂ ਨਾਨਕ ਸਾਹਿਬ ਸਨ, ਕੌਣ ਤੋੜ ਸਕਦਾ ਹੈ, ਕੌਣ ਮਿਲ ਸਕਦਾ ਹੈ, ਕੌਣ ਉਹਦੀ ਵਿਚਾਰ ਕਰ ਸਕਦਾ ਹੈ। ਸਭ ਪਾਸੇ ਕਮਾਲਾਂ ਕਰ ਦਿੱਤੀਆਂ ਬਾਬਾ ਆਨੰਦ ਸਿੰਘ ਜੀ ਨੇ, ਕਮਾਲਾਂ ਕਰ ਦਿੱਤੀਆਂ। ਅਨੇਕਾਂ ਦੇਵੀ ਦੇਵਤੇ ਜਪੀ ਤਪੀ ਹਠੀ ਸਦੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਧੂੜ ਚਾਹੁੰਦੇ ਆ, ਆਖੋ ਸੀ ਧੂੜੀ ਮੰਗਦੇ ਆ ਦੇਵੀ ਦੇਵਤੇ, ਉਹਨਾਂ ਦੀ ਧੂੜੀ ਨੂੰ ਲੋਚਦੇ ਆ। ਤੀਰਥ ਵੀ ਦੇਵੀ ਦੇਵਤੇ ਵੀ ਪਿਆਰੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹੋ, ਰੋਮ ਰੋਮ ਜੁੜ ਜਾਂਦਾ। ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਪੜ੍ਹੋ, ਰੋਮ ਰੋਮ ਜੁੜਦਾ ਹੈ। ਬਾਬੇ ਮਹਾਨਾਮ ਸਿੰਘ ਦਾ ਇਤਿਹਾਸ ਪੜ੍ਹੋ, ਰੋਮ ਰੋਮ ਜੁੜ ਜਾਂਦਾ ਹੈ। ਇਸੇ ਤਰ੍ਹਾਂ ਹੀ ਬਾਬਾ ਜੀ ਦਾ, ਧੰਨ ਬਾਬਾ ਆਨੰਦ ਸਿੰਘ ਜੀ ਦੀ ਸਾਖੀ ਪੜ੍ਹੋ, ਇੱਕ ਇੱਕ ਹੀ ਪਤਾ ਹੀ ਨਹੀਂ ਕਿੰਨਾ ਕੁਝ ਛੁਪਿਆ ਬੈਠਾ ਇੱਕ ਇੱਕ ਬਚਨ ਚ ਉਹਨਾਂ ਦੇ। ਤੇ ਜੁੜੇ ਰਹੋ ਭਾਈ, ਜੁੜਨਾ ਹੀ ਸੁੱਖ ਹੈ, ਜੁੜਨਾ ਹੀ ਵਡਿਆਈਆਂ, ਜੁੜਨਾ ਹੀ ਸੁੱਖ ਹੈ। ਬਹੁਤ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਿਆਰ ਵਾਲੇ ਸੰਗੀਤ ਇੱਥੇ ਆਣ ਕੇ ਬੈਠੇ ਸੀ ਲੁਧਿਆਣੇ 'ਚ, ਜਲੰਧਰ ਵਿੱਚ। ਧੰਨ ਬਾਬਾ ਈਸ਼ਰ ਸਿੰਘ ਜੀ ਨੇ ਬਹੁਤ ਮਿਹਰਾਂ ਕੀਤੀਆਂ, ਬਾਬਾ ਪੂਰਨ ਸਿੰਘ ਜੀ ਮਹਾਰਾਜ ਨੇ ਬਹੁਤ ਬਖਸ਼ਿਸ਼ ਕੀਤੀ, ਅਤੇ ਸਾਰੇ ਜਲੰਧਰ ਵਾਲੇ ਨਗਰ ਨਿਵਾਸੀ ਨਾਮ ਜਪੋ, ਸਿਮਰਨ ਕਰੋ, ਬਾਬਾ ਜੀ ਦੇ ਸੰਗਤ ਦੇ ਨਾਲ ਜੁੜ ਕੇ ਰਹੋ। ਫਰਕ ਨਾ ਪਾਇਓ, ਬੜੇ ਘਾਟੇ ਪੈ ਜਾਂਦੇ, ਪੂਰੇ ਨਹੀਂ ਹੁੰਦੇ। ਸੰਗਤ ਤੋਂ ਥੋੜ੍ਹਾ ਜਿਹਾ ਪਿੱਛੇ ਹਟ ਕੇ ਇੰਨੇ ਘਾਟੇ ਪੈਂਦੇ ਆ, ਇੰਨੇ ਫਿਰ ਉਹ ਪੂਰੇ ਕਰਨੇ ਔਖੇ ਹੋ ਜਾਂਦੇ ਆ। ਸੰਗਤ ਨਾਲ ਨਾ ਟੁੱਟਿਓ, ਸੰਗਤ ਵਿੱਚ ਜੁੜੇ ਰਿਹਾ ਜੇ, ਰੜਕਿਓ ਵੀ ਨਾ, ਪਤਾ ਵੀ ਨਾ ਲੱਗੇ ਵੀ ਕੋਈ ਬੰਦਾ ਹੈ ਸੰਗਤ ਵਿੱਚ। ਇੰਨੇ ਨਿਮਾਣੇ ਬਣ ਕੇ, ਇੰਨਾ ਛੁਪਾ ਕੇ ਰਹਿਣਾ, ਹੁਕਮਨਾਮਾ ਸਰਵਣ ਕਰੋ, ਫਿਰ ਉਸ ਤੋਂ ਬਾਅਦ ਪਾਠ ਸ਼ੁਰੂ ਹੋਏਗਾ। ਧੰਨ ਗੁਰੂ ਨਾਨਕ।